ਕਹੀ ਜਾਂਦਾ ਮੈਂ ਜਵਾਕ ਹੋਣ ਵਾਲਾ। ਕੀ ਹੋ ਗਿਆ ਹੈ? ਕਾਟਿਆਂ ਜਵਾਕ ਹੋਣ ਵਾਲਾ ਤੂੰ ਹੀ ਯਾਰ ਜੀ, ਕਿੱਥੇ ਕਰ ਗਈ? ਹਾਂ ਫਿਰ ਕਾਟਿਆਂ ਜਵਾਕ ਹੋਣ ਵਾਲਾ। ਹਾਂ, ਟ੍ਰੈਫਿਕ ਪੁਲਿਸ ਮੁਲਾਜ਼ਮ ਅਤੇ ਇੱਕ ਵਿਅਕਤੀ ਦੇ ਵਿਚਾਲੇ ਹੋਈ ਤਕਰਾਰ, ਗੱਲ ਹੱਦੋਂ ਹੋਈ ਬਾਹਰ, ਵਿਅਕਤੀ ਨੇ ਇੱਟ ਮਾਰਨ ਤੱਕ ਦੀ ਕੀਤੀ ਕੋਸ਼ਿਸ਼। ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿ ਇੱਕ ਸ਼ਖਸ ਅਤੇ ਟ੍ਰੈਫਿਕ ਪੁਲਿਸ ਮੁਲਾਜ਼ਮ ਦੇ ਵਿਚਾਲੇ ਬਹਿਸ ਹੁੰਦੀ ਹੈ ਅਤੇ ਬਹਿਸ ਇਸ ਹੱਦ ਤੱਕ ਵੱਧ ਜਾਂਦੀ ਹੈ ਕਿ ਵਿਅਕਤੀ ਦੇ ਵੱਲੋਂ ਇੱਟ ਦੇ ਨਾਲ ਪੁਲਿਸ ਮੁਲਾਜ਼ਮ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਰੋਂਗ ਸਾਈਡ ਤੋਂ ਆ ਰਿਹਾ ਸੀ ਅਤੇ ਉਸਦਾ ਵਾਹਨ ਟ੍ਰੈਫਿਕ ਪੁਲਿਸ ਮੁਲਾਜ਼ਮ ਨੇ ਰੋਕਿਆ ਅਤੇ ਕਾਗਜ਼ ਮੰਗੇ ਅਤੇ ਜਿਸ ਤੋਂ ਬਾਅਦ ਦੋਹਾਂ ਦੇ ਵਿਚਾਲੇ ਤਿੱਖੀ ਬਹਿਸ ਹੋਈ। ਹਾਲਾਂਕਿ ਵਿਅਕਤੀ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਮੇਰੀ ਘਰ ਦੀ ਗਰਭਵਤੀ ਹੈ ਅਤੇ ਮੈਨੂੰ ਨਾ ਰੋਕੋ, ਅਤੇ ਦੋਹਾਂ ਦੇ ਵਿਚਾਲੇ ਬਹਿਸ ਵੱਧਦੀ ਗਈ ਅਤੇ ਵਿਅਕਤੀ ਦੇ ਵੱਲੋਂ ਇੱਟ ਦੇ ਨਾਲ ਟ੍ਰੈਫਿਕ ਪੁਲਿਸ ਮੁਲਾਜ਼ਮ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਉੱਥੇ ਹੀ ਨਾਲ ਖੜ੍ਹੇ ਹੋਰ ਮੁਲਾਜ਼ਮਾਂ ਨੇ ਉਸਨੂੰ ਕਾਬੂ ਕੀਤਾ ਅਤੇ ਹਿਰਾਸਤ ਵਿੱਚ ਲੈ ਲਿਆ ਅਤੇ ਉਸਨੂੰ ਥਾਣੇ ਲੈ ਗਏ। ਉੱਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਇਸ ਵਿਅਕਤੀ ਦੇ ਵੱਲੋਂ ਆਪਣਾ ਬਾਈਕ ਰੋਂਗ ਸਾਈਡ ਦੇ ਵਿੱਚ ਚਲਾਇਆ ਜਾ ਰਿਹਾ ਸੀ ਅਤੇ ਅੱਗੇ ਨਾਕੇ 'ਤੇ ਮੁਲਾਜ਼ਮਾਂ ਨੇ ਇਸਨੂੰ ਰੋਕਿਆ ਅਤੇ ਇਸ ਤੋਂ ਕਾਗਜ਼ ਮੰਗੇ, ਪਰ ਉੱਥੇ ਹੀ ਇਸਨੇ ਬਹਿਸ ਸ਼ੁਰੂ ਕਰ ਦਿੱਤੀ। ਹਾਲਾਂਕਿ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਇਸ ਵਿਅਕਤੀ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਇਸਨੇ ਡਿਊਟੀ 'ਤੇ ਤੈਨਾਤ ਮੁਲਾਜ਼ਮ ਦੇ ਨਾਲ ਬਦਤਮੀਜ਼ੀ ਵੀ ਕੀਤੀ ਔਰ ਇਸ ਤੋਂ ਇਲਾਵਾ ਇਸਨੇ ਵੱਲੋਂ ਇੱਟ ਦੇ ਨਾਲ ਹਮਲਾ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ। ਫਿਲਹਾਲ ਇਸ ਵਿਅਕਤੀ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਹੈ। ਟ੍ਰੈਫਿਕ ਨਿਯਮਾਂ ਜਿਹੜੇ ਤੋੜ ਰਹੇ ਉਹਨਾਂ ਵਿਰੁੱਧ ਕਾਰਵਾਈ ਚੱਲ ਰਹੀ ਸੀ। ਸਾਡੀ ਟ੍ਰੈਫਿਕ ਪੁਲਿਸ ਨੇ ਊਧਮ ਸਿੰਘ ਚੌਂਕ 'ਚ ਨਾਕਾ ਲਾਇਆ ਸੀ। ਉੱਥੇ ਇੱਕ ਆਦਮੀ ਹੈ, ਮਲਕੀਤ ਸਿੰਘ ਹੈ, ਬਸਤੀ ਵਕੀਲਾਂ ਵਾਲੀ ਤੋਂ। ਇਹ ਰੋਂਗ ਸਾਈਡ ਆ ਰਿਹਾ ਸੀ, ਜਦੋਂ ਇਹਨੂੰ ਰੋਕਿਆ ਅਤੇ ਆਪਣੇ ਮੁਲਾਜ਼ਮਾਂ ਨੇ ਬਹਿਸਬਾਜ਼ੀ ਕੀਤੀ ਔਰ ਇਹਨੇ ਦਾਰੂ ਪੀਤੀ ਹੋਈ ਸੀ, ਪਰ ਉਸ ਤੋਂ ਬਾਅਦ ਇਹਨੇ ਇੱਟ ਚੁੱਕ ਲਈ, ਇੱਟ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਮੁਲਾਜ਼ਮਾਂ ਨੇ ਮੌਕੇ 'ਤੇ ਇਹਨੂੰ ਕਾਬੂ ਕਰ ਲਿਆ ਅਤੇ ਅਗਲੀ ਕਾਰਵਾਈ ਲਈ ਇਹਨੂੰ SHO CD ਦੇ ਕੋਲ ਭੇਜ ਦਿੱਤਾ।